ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅਤੇ ਅੱਜ ਹੈ 9 ਜੂਨ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 9 ਜੂਨ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਪਹਿਲੇ ਭਾਰਤ ਨਾਮੀਬੀਆ ਸੰਯੁਕਤ ਕਮਿਸ਼ਨ ਦੀ ਸਹਿ ਪ੍ਰਧਾਨਗੀ ਕਿਸ ਨੇ ਕੀਤੀ ਹਾਂਜੀ ਪਹਿਲੇ ਭਾਰਤ ਨਾਮੀਬੀਆ ਇਸ ਦੀ ਜਿਹੜੀ ਜੁਆਇੰਟ ਮੀਟਿੰਗ ਹੋਈ ਆ ਉਸ ਦੀ ਪ੍ਰਧਾਨਗੀ ਕੀਤੀ ਆ ਐਸ ਜੇ ਸੰਕਰ ਨੇ ਸਾਡੇ ਵਿਦੇਸ਼ ਮੰਤਰੀ ਆ ਐਸ ਜੇ ਸੰਕਰ ਤੇ ਇਹਨਾਂ ਨੇ ਨਾਮੀਬੀਆ ਦੇ ਵਿੱਚ ਸੰਜੋਗਤ ਕਮਿਸ਼ਨ ਦੀ ਸਹਿ ਪ੍ਰਧਾਨਗੀ ਕੀਤੀ ਠੀਕ ਹੈ ਜੀ ਨੈਕਸਟ ਹੈ ਭਾਰਤ ਦੀ ਪਹਿਲੀ ਅੰਤਰਰਾਸ਼ਟਰੀ ਕਰੂਜ਼ ਨੂੰ ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਲਿਜਾਇਆ ਗਿਆ हां जी भारत दी पहली अंतरराष्ट्रीय क्रूज ਨੂੰ ਰੀਸੈਂਟਲੀ శ్రీలంక ਦੇ ਵਿੱਚ ਲਜਾਇਆ ਗਿਆ অপਸ਼ਨ ਨੰਬਰ B ਇਜ਼ ザ राइट आंसर ਦੇਖੋ ਭਾਰਤ ਦੀ ਜਿਹੜੀ ਪਹਿਲੀ ਅੰਤਰਰਾਸ਼ਟਰੀ ਕਰੂਜ਼ ਆ MB ਐਕਸਪ੍ਰੈਸ ਇਹ ਚੇਨਈ ਤੋਂ ਲੈ ਕੇ శ్రీਲੰਕਾ ਤੱਕ ਰਵਾਨਾ ਹੋਈ ਆ ਤੇ ਕੇਂਦਰੀ ਮੰਤਰੀ ਸਾਡੇ ਸਰਬਾਨੰਦ ਸੋਨੋਵਾਲ ਇਹਨਾਂ ਨੇ ਇਸ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਟਿੱਕੇ ਚੇਨਈ ਤੋਂ ਸ਼੍ਰੀਲੰਕਾ ਤੱਕ ਕਿੰਨੇ ਰਵਾਨਾ ਕੀਤਾ ਗਿਆ ਵਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਸ਼੍ਰੀਲੰਕਾ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਲ ਕੋਲੰਬੋ ਅਤੇ ਸ਼੍ਰੀ ਜੈਵਰਦਨੇਪੁਰਮ ਕੋਟੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਪ੍ਰਾਈਮ ਮਿਨਿਸਟਰ ਦਿਨੇਸ਼ ਗੁਣਵਰਦਨ ਅਤੇ ਸ਼੍ਰੀਲੰਕਾ ਦੇ ਪ੍ਰੈਜ਼ੀਡੈਂਟ ਰਨਿਲ ਵਿਕਰਮ ਸਿੰਘੇ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚਕਾਰ ਪਾਕ ਦੀ ਖਾੜੀ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸ਼੍ਰੀਲੰਕਾ ਦੇ ਵਿੱਚ ਰਾਸ਼ਟਰੀ ਪੋਸ਼ਣ ਹਫ਼ਤਾ ਸ਼ੁਰੂ ਹੋਇਆ ਭਾਰਤ ਨੇ ਸ਼੍ਰੀਲੰਕਾ ਨੂੰ 1 ਬਿਲੀਅਨ ਡਾਲਰ ਕ੍ਰੈਡਿਟ ਲਾਈਨ ਵਧਾਈ ਸ਼੍ਰੀਲੰਕਾ ਦੇ ਸੁਪਰੀਮ ਕੋਰਟ ਨੇ ਸਾਮਲਿੰਗੀ ਸਬੰਧਾਂ ਨੂੰ ਅਪਰਾਧਿਕ ਕਰਾਰ ਦਿੱਤਾ ਸ਼੍ਰੀਲੰਕਾ ਦੇ ਬੈਂਕ ਨੇ ਭਾਰਤੀ ਰੁਪਇਆ ਨਾਮੀ ਨੋ ਸਟੋ ਖਾਤਾ ਖੋਲਿਆ ਸਵਰਗੀ ਸੀ ਡੀ ਐਸ ਵਿਪਿਨ रावत ਦੇ ਸਨਮਾਨ ਵਿੱਚ ਸ਼੍ਰੀਲੰਕਾ ਦੇ ਸ਼੍ਰੀ ਮੁਕਤੀਨਾਥ ਮੰਦਰ ਦੇ ਵਿੱਚ ਇੱਕ ਘੰਟੀ ਲਗਾਈ ਗਈ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਇਸ ਬੈਂਕ ਨੇ ਹਾਲ ਹੀ ਵਿੱਚ ਆਪਣੇ ਏਟੀਐਮ ਤੇ ਯੂਪੀਆਈ ਨਕਦ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਹਾਂਜੀ ਰੀਸੈਂਟਲੀ ਬੈਂਕ ਆਫ ਬੜੋਦਾ ਨੇ ਆਪਣੇ ਏਟੀਐਮ ਤੇ ਯੂਪੀਆਈ ਨਕਦ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ অপਸ਼ਨ ਸੀ ਇਜ਼ ザ ਰਾਈਟ ਆਂਸਰ ਹੁਣ ਬੈਂਕ ਆਫ ਬੜੋਦਾ ਨੇ ਕੀਤੀ ਇਸ ਦੀ ਸਥਾਪਨਾ ਕਦੋਂ ਹੋਈ 1908 ਦੇ ਵਿੱਚ ਇਸ ਦਾ ਹੈੱਡਕ quartਰ ਬੜੋਦਰਾ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਕੌਣ ਨੇ ਹਾਸ ਮੁਖ ਆਦੀਆ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਦੇਸ਼ ਨੇ 2030 ਤੱਕ ਵੱਡੇ ਫਾਰਮਾ ਵਿੱਚ ਘੱਟੋ-ਘੱਟ 30% ਔਰਤਾਂ ਨੂੰ ਨਿਰਦੇਸ਼ਕ ਬਣਾਉਣ ਦਾ ਟੀਚਾ ਰੱਖਿਆ ਹਾਂਜੀ ਰੀਸੈਂਟਲੀ ਜਾਪਾਨ ਨੇ 2030 ਤੱਕ ਆਪਣੇ ਵੱਡੇ ਫਾਰਮਾ ਦੇ ਵਿੱਚ ਘੱਟੋ-ਘੱਟ 30% ਔਰਤਾਂ ਨੂੰ ਡਾਇਰੈਕਟਰ ਬਣਾਉਣ ਦਾ ਟੀਚਾ ਰੱਖਿਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਜਾਪਾਨ ਨੇ ਰੱਖਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਆ ਟੋਕੀਓ ਇੱਥੋਂ ਦੀ ਕਰੰਸੀ ਆ ਜੇਨ ਇਥੋਂ ਦੇ ਪ੍ਰਾਈਮ ਮਿਨਿਸਟਰ ਆਫ ਫਾਰਮਿਓ ਕੈਸੀਦਾ ਠੀਕ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਹਿਰੋਸ਼ੀਮਾ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ ਜਾਪਾਨ ਨੇ ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਯੂਪੀਆਈ ਨੂੰ ਅਪਣਾਉਣ ਦੀ ਸ਼ਰਧ ਪ੍ਰਗਟਾਈ ਜਾਪਾਨ ਦੇ ਸਿਹਤ ਮੰਤਰਾਲੇ ਨੇ ਦੇਸ਼ ਦੀ ਪਹਿਲੀ ਗਰਭ ਾਤ ਗੋਲੀ ਨੂੰ ਮਨਜ਼ੂਰੀ ਦਿੱਤੀ ਜਾਪਾਨ ਦੇ ਕਮਰਸ਼ੀਅਲ ਲੂਨਰ ਲੈਂਡਰ ਦੀ ਚੰਦਰਮਾ ਤੇ ਅਸਫਲ ਲੈਂਡਿੰਗ ਤੋਂ ਬਾਅਦ ਮੌਤ ਹੋ ਗਈ ਜਾਂ ਆਪਾਂ ਕਹਿ ਸਕਦੇ ਹਾਂ ਲੁप्त ਹੋ ਗਿਆ ਠੀਕ ਹੈ ਨੈਕਸਟ ਦੇ ਕਿਸ ਦੇਸ਼ ਨੇ ਹਾਲ ਹੀ ਵਿੱਚ ਪਹਿਲੀ ਆਟੋਮੈਟਿਕ ਫਲਾਈਂਗ ਟੈਕਸੀ ਦੀ ਜਾਂਚ ਕੀਤੀ ਹਾਂਜੀ ਪਹਿਲੀ ਆਟੋਮੈਟਿਕ ਫਲਾਈਂਗ ਟੈਕਸੀ ਦੀ ਸ਼ੁਰੂਆਤ ਕੀਤੀ ਹੈ ਇਜ਼ਰਾਈਲ ਨੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਟ੍ਰੈਫਿਕ ਨੂੰ ਘਟ ਕਰਨ ਲਈ ਅਤੇ ਘੱਟ ਸਮੇਂ ਵਿੱਚ ਜ਼ਿਆਦਾ ਦੂਰੀ ਤੈਅ ਕਰਨ ਦੇ ਲਈ ਇਜ਼ਰਾਈਲ ਨੇ ਪਹਿਲੀ ਆਟੋਮੈਟਿਕ ਫਲਾਈਂਗ ਟੈਕਸੀ ਦੀ ਜਾਂਚ ਕੀਤੀ ਜਾਂ ਸ਼ੁਰੂਆਤ ਕੀਤੀ ਹੁਣ ਇਜ਼ਰਾਈਲ ਨੇ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਇਜ਼ਰਾਈਲ ਇਜ਼ਰਾਈਲ ਦੀ ਕੈਪੀਟਲ ਹੈ ਯਰੂਸ਼ਲਮ ਇਥੋਂ ਦੀ ਕਰੰਸੀ ਹੈ ਇਜ਼ਰਾਈਲੀ ਨਿਊ ਸੈਕਲ ਤੇ ਇਥੋਂ ਦੇ ਪ੍ਰੈਜ਼ੀਡੈਂਟ ਹੈ ਬੈਂਜਾਮਿਨ ਨੇਤਨ ਜਾਹੂ ਇਜ਼ਰਾਈਲ ਨੇ ਨਮਾਉ ਫੇਕ 13 ਯਾਸੂਸੀ ਉਪਗ੍ਰਹਿ ਪੁਲਾੜ ਵਿੱਚ ਲਾਂਚ ਕੀਤਾ ਅਡਾਨੀ ਗਰੁੱਪ ਨੇ ਇਜ਼ਰਾਈਲ ਵਿੱਚ ਹਾਈਫਾ ਬੰਦਰਗਾਹ ਹਾਸਲ ਕੀਤੀ ਜੁਏਈ ਅਤੇ ਇਜ਼ਰਾਈਲ ਨੇ ਪਹਿਲੇ ਅਰਬ ਮੁਕਤ ਵਪਾਰ ਸਮਝੌਤੇ ਤੇ ਸਾਈਨ ਕੀਤੇ ਇਜ਼ਰਾਈਲ ਨੇ ਨਮੀ ਜਲ ਸੈਨਾ ਹਵਾਈ ਰੱਖਿਆ ਪ੍ਰਣਾਲੀ ਸੀ ਡੌਮ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਬੈਂਕ ਨੇ ਵਿੱਤੀ ਸਾਲ 2024 ਲਈ ਭਾਰਤ ਦੀ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਕਿੰਨੇ ਪ੍ਰਤੀਸ਼ਤ ਲਗਾਇਆ ਹੈ ਹਾਂਜੀ ਫਾਈਨੈਂਸ਼ੀਅਲ ਈਅਰ 2024 ਦੇ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਵਰਲਡ ਬੈਂਕ ਨੇ 6.3% ਲਗਾਇਆ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਹਾਂਜੀ ਹੁਣ ਵਰਲਡ ਬੈਂਕ ਦੀ ਗੱਲ ਹੋ ਰਹੀ ਹੈ ਤਾਂ ਇਸ ਦੀ ਸਥਾਪਨਾ ਕਦੋਂ ਹੋਈ 1944 ਦੇ ਵਿੱਚ ਇਸ ਦਾ ਹੈੱਡਕੁਆਰਟਰ ਕਿੱਥੇ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਪ੍ਰੈਜ਼ੀਡੈਂਟ ਤਾਂ ਇਹੀ ਬਣ ਗਏ ਨੇ ਅਜੇ ਬੰਗਾ ਠੀਕ ਹੈ ਨੈਕਸਟ ਹੈ ਜੀ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕਿੰਨੀਆਂ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਨੂੰ ਜਨ ਔਸ਼ੁੱਧੀ ਸਟੋਰ ਖੋਲਣ ਦੀ ਇਜਾਜ਼ਤ ਦਿੱਤੀ ਹਾਂਜੀ ਕੇਂਦਰ ਸਰਕਾਰ ਨੇ 2000 ਖੇਤੀਬਾੜੀ ਕਰਜ਼ਾ ਸੁਸਾਇਟੀਆਂ ਨੂੰ ਜਨ ਔਸ਼ੁੱਧੀ ਸਟੋਰ ਖੋਲਣ ਦੀ ਇਜ਼ਾਦਤ ਦਿੱਤੀ ਆ অপਸ਼ਨ ਸੀ ਇਜ਼ ザ ਰਾਈਟ ਆਂਸਰ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਭੋਜਨ ਸੁਰੱਖਿਆ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਰਲਡ ਫੂਡ ਸੇਫਟੀ ਡੇ ਹਰੇਕ ਸਾਲ 7 ਜੂਨ ਨੂੰ ਮਨਾਇਆ ਜਾਂਦਾ অপਸ਼ਨ ਬੀ ਇਜ਼ ザ ਰਾਈਟ ਆਂਸਰ ਤੇ ਇਸ ਵਾਰ ਦੇ ਵਰਲਡ ਫੂਡ ਸੇਫਟੀ ਡੇ ਦੀ ਥੀਮ ਕੀ ਆ ਫੂਡ ਸਟੈਂਡਰਡ ਸੇਵ ਲਾਈਫਸ ਹੁਣ ਅਸੀਂ ਜੂਨ ਦੇ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਆ ਤੇ 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮਨਾਇਆ ਗਿਆ 2 ਜੂਨ ਨੂੰ ਤੇਲੰਗਾਨਾ ਸਥਾਪਨਾ ਦਿਵਸ ਮਨਾਇਆ ਗਿਆ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ 6 ਜੂਨ ਨੂੰ ਰੂਸੀ ਭਾਸ਼ਾ ਦਿਵਸ ਮਨਾਇਆ ਗਿਆ ਨੈਕਸਟ ਹੈ ਜੀ IQ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੁਨੀਆ ਦੇ ਚੋਟੀ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਕਿਹੜੇ ਹਨ ਹਾਂਜੀ IQ ਦੁਆਰਾ ਇੱਕ IQ 에ਅਰ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਸਵਿਸ 에ਅਰ ਕੁਆਲਿਟੀ ਟੈਕਨੋਲੋਜੀ ਹੈ ਜਾਨੀ ਕਿ 에어 ਕੁਆਲਿਟੀ ਟੈਕਨੋਲੋਜੀ ਕੰਪਨੀ ਹੈ IQ 에어 ਇਸਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਅਕੋਰਡਿੰਗ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਪਾਕਿਸਤਾਨ ਦਾ ਲਾਹੌਰ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਸੈਕਿੰਡ ਤੇ ਹੈ ਚੀਨ ਦਾ ਹੋਟਾਨ ਤੇ ਥਰਡ ਤੇ ਹੈ ਰਾਜਸਥਾਨ ਦਾ ਪਿਵਾੜੀ ਤੇ ਚੌਥੇ ਤੇ ਹੈ ਦਿੱਲੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਟੌਪ 3 ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਠੀਕ ਹੈ ਜੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਨੇ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਮਾਸਿਕ ਜੀਡੀਪੀ ਦਰਜ ਕੀਤੀ ਹਾਂਜੀ ਰੀਸੈਂਟਲੀ ਬੰਗਲਾਦੇਸ਼ ਨੇ ਇੱਕ ਦਹਾਕੇ ਤੋਂ ਬਾਅਦ ਮਈ 9.94% ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਮਾਸਿਕ ਦਰ ਦੇ ਨਾਲ ਬੰਗਲਾਦੇਸ਼ ਨੇ ਇੱਕ ਦਹਾਕੇ ਦੇ ਬਾਅਦ ਸਭ ਤੋਂ ਵੱਧ ਮਾਸਿਕ ਜੀਡੀਪੀ ਜਿਹੜੀ ਉਹ ਦਰਜ ਕੀਤੀ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਉਨੇ ਬੰਗਲਾਦੇਸ਼ ਨੇ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਕੀ ਆ ਦਾਕਾ ਇਥੋਂ ਦੀ ਕਰੰਸੀ ਆ ਟਕਾ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀਆਂ ਕਮੈਂਟ ਬਾਕਸ ਦੇ ਵਿੱਚ ਲਿਖਣ ਦੇ ਲਈ ਇਥੋਂ ਦੇ ਪ੍ਰਾਈਮ ਮਿਨਿਸਟਰ ਸੇਖ ਹਸਿਨਾ ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੁਦੀਨ ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ ਟੋਟਲ 4096 ਕਿਲੋਮੀਟਰ ਦੀ ਹੱਦ ਬੰਗਲਾਦੇਸ਼ ਦੀ ਭਾਰਤ ਨਾਲ ਲੱਗਦੀ ਆ ਬੰਗਲਾਦੇਸ਼ ਨਾਲ ਭਾਰਤ ਦੇ ਪੰਜ ਰਾਜਾਂ ਦੀ ਹੱਦ ਲੱਗਦੀ ਹੈ ਪੱਛਮੀ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿਚਕਾਰ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਬੰਗਲਾਦੇਸ਼ ਦੇ ਸੰਸਦ ਦਾ ਨਾਮ ਆ ਜਤੀ ਸੰਸਦ ਤੇ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨੂੰ ਯਮੁਨਾ ਦੇ ਨਾਮ ਨਾਲ ਤੇ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਭਾਰਤੀ ਰੇਲਵੇ ਨੇ ਬੰਗਲਾਦੇਸ਼ ਨੂੰ 20 ਬ੍ਰਾਡ ਗੈਜ ਲੋਕੋਮੋਟਿਵ ਸੌਂਪੇ ਆ ਤੇ ਬੰਗਲਾਦੇਸ਼ ਅਤੇ ਅਮਰੀਕਾ ਵਿੱਚ ਕਰ ਸੰਜੁਕਤ ਜਲ ਸੈਨਾ ਅਭਿਆਸ ਚਟੋਗ੍ਰਾਮ ਸ਼ੁਰੂ ਹੋਇਆ ਠੀਕ ਹੈ ਚਟੋਗ੍ਰਾਮ ਦੇ ਵਿੱਚ ਸ਼ੁਰੂ ਹੋਇਆ ਭਾਰਤ ਅਤੇ ਬੰਗਲਾਦੇਸ਼ ਨੇ 50 ਸਟਾਰਟਅਪ ਐਕਸਚੇਂਜ ਪ੍ਰੋਗਰਾਮ ਸ਼ੁਰੂ ਕੀਤੇ ढाका ਸ਼ੇਮੀ हिंद महासागर सम्मेलन दी मेज़बानी करेगा भारत ਅਤੇ ਬੰਗਲਾਦੇਸ਼ ਵਿਚਕਾਰ ਪਹਿਲੀ ਵਾਰਡਰ ਹਾਰਟ ਦਾ ਉਦਘਾਟਨ ਪੋਲਾਗੰਜ ਵਿਖੇ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਪੰਪ ਕੀਤੇ ਪਣ ਵਿਜਲੀ ਪ੍ਰੋਜੈਕਟਾਂ ਦੀ ਸਥਾਪਨਾ ਲਈ ਐਨ ਐਚ ਪੀ ਸੀ ਨੇ ਕਿਸ ਰਾਜ ਸਰਕਾਰ ਨਾਲ ਸਮਝੌਤਾ ਕੀਤਾ ਹਾਂਜੀ ਹਾਲ ਹੀ ਵਿੱਚ ਪੰਪ ਕੀਤੇ ਪਣ ਵਿਜਲੀ ਪ੍ਰੋਜੈਕਟਾਂ ਦੀ ਸਥਾਪਨਾ ਲਈ ਐਨ ਐਚ ਪੀ ਸੀ ਨੇ ਮਹਾਰਾਸ਼ਟਰ ਦੇ ਨਾਲ ਸਮਝੌਤਾ ਕੀਤਾ অপশন সি ইজ ザ রাইਟ ਆਨਸਰ ਹੁਣੇ ਸਮਝੌਤਾ ਮਹਾਰਾਸ਼ਟਰ ਨਾਲ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੁੰਬਈ ਇਥੋਂ ਦੇ ਚੀਫ ਮਿਨਿਸਟਰ ਐਕਨਾਥ ਸ਼ਿੰਦੇ ਇਥੋਂ ਦੇ ਗਵਰਨਰ ਆ ਰਮੇਸ਼ ਬੈਂਸ ਮਹਾਰਾਸ਼ਟਰ ਦੇ ਵਿੱਚ ਗੋਗਾਮਾਲ ਨੈਸ਼ਨਲ ਪਾਰਕ ਆ ਬੋਰੀਬਲੀ ਨੈਸ਼ਨਲ ਪਾਰਕ ਆ ਤਡੋਬਾ ਨੈਸ਼ਨਲ ਪਾਰਕ ਆ ਚੰਦੋਲੀ ਨੈਸ਼ਨਲ ਪਾਰਕ ਆ ਸੰਜੇ ਗਾਂਧੀ ਨੈਸ਼ਨਲ ਪਾਰਕ ਆ ਨਮੇਗਾਉਂ ਨੈਸ਼ਨਲ ਪਾਰਕ ਆ ਪਾਂਸਾ ਵਾਈਲਡਲਾਈਫ ਸੈਂਚੁਰੀ ਆ ਲੋਨਾਰ ਝੀਲ ਆ 오ਜਾਨੀ ਡੈਮ ਆ ਜੈਕ ਬਾੜੀ ਡੈਮ ਆ ਕੋਈ ਨਾ ਡੈਮ ਆ ਭਾਰਤ ਵਿੱਚ ਮੋਗਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਵਿੱਚ ਹੁੰਦਾ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਰਮੇਸ਼ ਦੇ ਤਨੁਕਾ ਨੇ ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸੋਚ ਚੁੱਕੀ ਬਾਂਦਰਾ ਵਰਸੋਗਾ ਸਮੁੰਦਰੀ ਪੁਲ ਦਾ ਨਾਮ ਵੀ ਡੀ ਸਾਵਰਕਰ ਦੇ ਨਾਮ ਤੇ ਰੱਖਿਆ ਗਿਆ ਮਹਾਰਾਸ਼ਟਰ ਕੈਬਨਿਟ ਨੇ ਲਿੰਕ ਸਮਲਿਤ ਸੈਰਸਪਾਟਾ ਨੀਤੀ ਨੂੰ ਮਨਜ਼ੂਰੀ ਦਿੱਤੀ ਮਹਾਰਾਸ਼ਟਰ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਮਿਆਰੀ ਵਰਦੀ ਹੋਣੀ ਲਾਜ਼ਮੀ ਕਰ ਦਿੱਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਸਾਸ਼ਣ ਲਗਾਓ ਦਰੀ ਪਹਿਲ ਦੀ ਸ਼ੁਰੂਆਤ ਕੀਤੀ ਮਹਾਰਾਸ਼ਟਰ ਦੇ ਤੁਲਜਾ ਭਵਾਨੀ ਮੰਦਿਰ ਦੇ ਵਿੱਚ ਸ਼ਰਧਾਲੂਆਂ ਲਈ ਡਰੈਸ ਕੋਡ ਲਾਗੂ ਹੋਇਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਸਿਡਕੋ ਦੇ ਐਮ ਡੀ ਵਜੋਂ ਆਉਣ ਦਾ ਸੰਭਾਲ ਲਿਆ ਹਾਂਜੀ ਸਿਡਕੋ ਸਿਡਕੋ ਦੇ ਐਮ ਡੀ ਵਜੋਂ ਆਉਣ ਦਾ ਸੰਭਾਲ ਲਿਆ ਵਾ ਅਨਿਲ ਡਿਗੀ ਕਰਨੇ অপশন বি ইজ দা রাইট आंसर ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਤਾਂ ਪ੍ਰਵੀਨ ਕੇ ਸ਼੍ਰੀ ਵਾਸਤਵ ਨੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਵਜੋਂ ਸੌ ਚੁੱਕੀ ਚਮਨ ਲਾਰ ਬਰਮਿੰਗਮ ਦੇ ਪਹਿਲੇ ਭਾਰਤੀ ਮੂਲ ਦੇ ਲਾਰਡ ਮੇਅਰ ਚੁਣੇ ਗਏ ਕਰਨਾਟਕ ਬੈਂਕ ਨੇ ਸ਼੍ਰੀ ਕ੍ਰਿਸ਼ਨਨ ਹਣੀ ਹਰੀ ਹਰ ਸ਼ਰਮਾ ਨੂੰ ਐਮ ਡੀ ਅਤੇ ਸੀਈਓ ਵਜੋਂ ਚੁਣਿਆ ਗਿਰਿਸ਼ ਕੋ ਚੰਦਰ ਮੁਰਮੂ ਨੂੰ ਵਿਸ਼ਵ ਸਹਿਯਤ ਸੰਗਠਨ ਦੇ ਬਾਹਰੀ ਆਡੀਟਰ ਵਜੋਂ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਮੁਗੱ ਮਜ਼ਾਗਨ ਡੌਕ ਨੇ ਡੀਜ਼ਲ ਪੰਡੂਬੀਆਂ ਦੇ ਨਿਰਮਾਣ ਲਈ ਕਿਸ ਦੇਸ਼ ਨਾਲ ਸਮਝੌਤਾ ਕੀਤਾ ਹਾਂਜੀ ਮਜ਼ਾਗਨ ਨੇ ਮਜ਼ਾਗਨ ਡੌਕ ਨੇ ਡੀਜ਼ਲ ਪੰਡੂਬੀਆਂ ਦੇ ਨਿਰਮਾਣ ਦੇ ਲਈ ਜਰਮਨੀ ਦੇ ਨਾਲ ਸਮਝੌਤਾ ਕੀਤਾ ਆਪਸ਼ਨ A ਇਸ ਦਾ ਰਾਈਟ ਆਨਸਰ ਹੁਣ ਜਰਮਨੀ ਨਾਲ ਸਮਝੌਤਾ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਰਮਨੀ ਜਰਮਨੀ ਦੀ ਕੈਪੀਟਲ ਅਵਰਲੇ ਇਥੋਂ ਦੀ ਕਰੰਸੀ ਯੂਰੋ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਫ੍ਰੈਂਕ ਵਾਲਟਰ ਸਟੇਨ ਮੇਅਰ ਇਤੋਂ ਦੇ ਚਾਂਸਲਰ ਆ ਲਾਫਸ ਕਾਲਜ ਜਰਮਨੀ ਪੀਟਰਸਵਰਗ ਜਲਵਾਜੂ ਸੰਵਾਦ ਦੀ ਮੇਜ਼ਬਾਨੀ ਕਰੇਗਾ ਐਂਜੇਲਾ ਮਾਰਕਲ ਨੂੰ ਜਰਮਨੀ ਦਾ ਸਰਵੋੱਚ ਸਨਮਾਨ ਮਿਲਿਆ ਜਰਮਨੀ ਆਪਣੇ ਆਖਰੀ ਤਿੰਨ ਬਾਕੀ ਰਹਿਣ ਦੇ ਪਰਮਾਣੂ ਪਲਾਡਾਂ ਨੂੰ ਬੰਦ ਕਰੇਗਾ ਸਰਵੋਤਮ ਜਨਤਕ ਆਵਾਜ਼ਾਈ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਵਰਲਨ ਟੌਪ ਤੇ ਰਿਹਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ